ਮਾਤਾ ਕੀ ਹੋਇਆ ਵਾ, ਕਿਹੜੀ ਗੱਲੋਂ ਤੂੰ ਪੁੰਜ ਬੈਠੀ ਆ, ਹੈ ਸਿਰ ਕਿਹੜੀ ਗੱਲੋਂ ਖਿਲਾ ਰਿਹਾ ਵਾ? ਮਾਤਾ ਬੋਲਦੀ ਕਿਉਂ ਨੀ, ਕੀ ਹੋਇਆ ਇਹਨੂੰ, ਹੈ ਤੂੰ ਕਿਹਾ ਕੁਛ ਇਹਨੂੰ, ਤੂੰ ਦੱਸ ਮੈਨੂੰ ਕੀ ਹੋਇਆ ਤੈਨੂੰ, ਆ ਚੂੜਾ ਕਿਹੜੀ ਗੱਲੋਂ ਲਾਇਆ ਜੀ ਉਹ, ਹੈ ਵੇਖ ਕੋਈ ਮੈਨੂੰ ਦੱਸਣ ਡਿਆ, ਐਂ ਬਿਠੀ ਜਿੱਦਾਂ ਕੋਈ ਮਰ ਗਿਆ ਹੁੰਦਾ, ਉਹ ਹੋਇਆ ਕੀ ਹੈ ਦੱਸੂਗਾ ਮੈਨੂੰ ਕੋਈ, ਹੈ ਵੇਖ ਦੋਵਾਂ ਜਾਣਿਆਂ ਚ ਕੋਈ ਬੋਲਦਾ, ਮਾਤਾ ਤੂੰ ਹੀ ਦੱਸ ਮੈਨੂੰ ਕੀ ਹੋਇਆ, ਜਿੰਦਾ ਵਾ ਮੈਂ ਮਰ ਨੀ ਗਿਆ, ਦੱਸਾਂ ਫਿਰ ਸੁਣ ਕੇ ਰਹਿਣਾ ਮੇਰੇ ਕੋਲੋਂ, ਜਿਹੜੀਆਂ ਕਰਤੂਤਾਂ ਕਰਦਾ ਹਾਂ ਉਹ ਤੇਰੀਆਂ ਸਾਹਮਣੇ ਆ ਗਈਆਂ ਹੀ ਹੁਣ। ਕਰਤੂਤਾਂ ਮੈਂ ਕਿਹੜੀਆਂ ਕਰਤੂਤਾਂ ਕੀਤੀਆਂ ਹੁਣ? ਨਹੀਂ ਤੈਨੂੰ ਤਾਂ ਪਤਾ ਹੀ ਨੀ ਤੂੰ ਕਿਹੜੀਆਂ ਕਰਦਾ ਸੀ, ਤਾਂ ਚੂੜੇ ਲੱਤੇ ਹੀ ਹੋ, ਤਾਂ ਸਿਰ ਖਿਲਾ ਰਿਹਾ ਹੀ ਹੋ, ਯਾ ਬੁਝਾਰਤਾਂ ਜੀਆਂ ਨਾ ਪਾਓ ਮੇਰੇ ਨਾਲ, ਤੂੰ ਦੱਸ ਮੈਨੂੰ ਕੀ ਹੋਇਆ। ਤੂੰ ਮੇਰੇ ਮੂੰਹ ਵੀ ਸੁਣਨਾ ਚਾਹੁੰਦਾ ਕਿ ਕੀ ਹੋਇਆ ਮੈਨੂੰ, ਮੇਰੀ ਇਹ ਜਿਹੜੀ ਮਾਤ ਕੀਤੀ ਨਾ ਤੇਰੀ ਵਜ੍ਹਾ ਕਰਕੇ ਹੋਈ ਆ, ਤੂੰ ਕਹਿਣ ਡਿਆ ਵਾ ਕਿ ਇੱਥੇ ਮਰ ਤੇ ਨੀ ਕੋਈ ਗਿਆ, ਮੈਂ ਮਰ ਨੀ ਗਿਆ, ਜਿਹੜੇ ਰਾਹ ਤੂੰ ਤੁਰਿਆ ਜਾ ਰਿਹਾ ਨਾ ਇੱਕ ਨਾ ਇੱਕ ਦਿਨ ਤੇਰੀ ਮੌਤ ਪੱਕੀ ਆ। ਅਲੱਗ ਹੀ ਪਤਾ ਹੁਣ ਕਰਤੂਤ ਦਾ, ਤੁਹਾਡਾ ਦਿਮਾਗ ਖਰਾਬ ਹੋ ਗਿਆ ਦੋਵਾਂ ਜਾਣੀਆਂ ਦਾ, ਸਾਡਾ ਹੋ ਗਿਆ ਦਿਮਾਗ ਖਰਾਬ, ਤਾਂ ਤੇਰਾ ਨੀ ਹੋਇਆ ਹਨਾ, ਵਿੱਕੀ ਕਿੰਨਾ ਯਕੀਨ ਕੀਤਾ ਸੀ ਮੈਂ ਤੇਰੇ ਤੇ, ਅੱਖਾਂ ਮੀਟ ਕੇ ਮੈਂ ਤੇਰੇ ਨਾਲ ਆ ਗਈ, ਆਪਣੇ ਮਾਂ ਪਿਓ ਨੂੰ ਮੈਂ ਪਿੱਛੇ ਹੀ ਛੱਡ ਆਈ ਇੱਕ ਸਿਰਫ ਤੇਰੇ ਕਰਕੇ, ਪਰ ਤੂੰ ਮੈਨੂੰ ਇੰਨਾ ਵੱਡਾ ਧੋਖਾ ਦੇ ਸਕਦਾ ਸੀ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਤੂੰ ਮੇਰਾ ਆਹ ਕੰਮ ਕਰੇਗਾ। ਬਕਵਾਸ ਬੰਦ ਕਰ ਆਪਣੀ, ਮੈਨੂੰ ਕੀ ਪਤਾ ਕਿੱਥੋਂ ਆਈ ਆ, ਹੈ ਵੇ ਅਜੇ ਵੀ ਤੂੰ ਉਹਨੂੰ ਇੰਨਾ ਬਕਵਾਸ ਬੰਦ ਕਰ ਸਾਰੇ ਕੰਮ ਕਰਕੇ, ਮੈਂ ਨਹੀਂ ਕੋਈ ਵੀ ਇਹੋ ਜਿਹੇ ਕੰਮ ਕਰਦਾ ਮਾਤਾ, ਐਵੇਂ ਨਾ ਮੇਰਾ ਝੂਠਾ ਨਾ ਲਾਈ ਜਾਓ। ਤੇ ਆਈ ਕਿੱਥੋਂ ਫਿਰ, ਤੂੰ ਨਹੀਂ ਕਰਦਾ ਤੇ ਸਾਡੇ ਘਰ ਚੋਰ ਹੈ ਕੌਣ, ਮੈਂ ਇੱਥੇ ਦੂਜਾ ਬੰਦਾ, ਕਿਉਂ ਮੈਨੂੰ ਝੂਠ ਬੋਲਦਾ, ਕਿੱਥੇ ਜਾਂਦੇ ਤੇਰੇ ਪੈਸੇ, ਕਿਉਂ ਨਹੀਂ ਤੂੰ ਘਰ ਟੇਕਦਾ, ਰੋਟੀ ਨਹੀਂ ਸਾਰਾ ਸਾਰਾ ਦਿਨ ਖਾਂਦਾ, ਕਿੱਥੇ ਜਾਂਦਾ ਕੀ ਕਰਦਾ ਮੈਨੂੰ ਭਲਾ ਪਤਾ ਨਹੀਂ, ਸਾਰੀਆਂ ਗੱਲਾਂ ਦਾ ਪਤਾ ਮੈਨੂੰ, ਕਿਉਂ ਅੱਜ ਪਤਾ ਲੱਗਾ ਮੈਨੂੰ, ਉਹ ਤੁਹਾਡਾ ਦਿਮਾਗ ਤੇ ਨਹੀਂ ਖਰਾਬ ਹੋਗਾ ਦੋਵਾਂ ਜਾਣੀਆਂ ਦਾ, ਵੇ ਕਿਉਂ ਝੂਠਾ ਜੀ ਦੀ ਜਾਣਾ ਆ, ਮੈਨੂੰ ਤਾਂ ਦਬਕੇ ਮਾਰ ਕੇ ਬਿਠਾਲ ਦਿੰਦਾ ਸੀ, ਅੱਜ ਆ ਗਿਆ ਨਾ ਸੱਚ ਸਾਹਮਣੇ, ਮੈਨੂੰ ਤਾਂ ਹੁਣ ਸਮਝ ਲੱਗੀ ਆ ਕਿ ਜਿਹੜੀ ਤੂੰ ਪਹਿਲੀ ਆਪਣੇ ਨਾਂ ਤੇ ਕਰਾਈ ਹੈ ਇਸੇ ਕਰਕੇ ਕਰਾਈ ਆ ਕਿ ਸਾਰਾ ਮੇਰੇ ਤੋਂ ਚੋਰੀ ਤਾਰੀ ਵੀ ਨਾ ਕਰਾ ਲਈ, ਵੇ ਮੇਰੇ ਤੋਂ ਚੋਰੀ ਤੂੰ ਸਾਰੇ ਕੰਮ ਕਰ ਲਏ, ਵੇ ਪਿਓ ਤੇਰਾ ਜੇਲ ਚ ਹੀ, ਵੇ ਤੂੰ ਤੇ ਮੈਨੂੰ ਹੱਥਾਂ ਕਰਕੇ ਸੁੱਟਤਾ, ਹਾਏ ਹਾਏ ਮੈਂ ਮਰ ਗਈ ਮੰਮੀ, ਹਾਏ ਹਾਏ ਮੈਨੂੰ ਕਾਹੇ ਜੋਗੀ ਨਹੀਂ ਛੱਡਿਆ। ਮੰਮੀ ਜਾ ਪਾਣੀ ਲੈ ਗਿਆ, ਹੁਣ ਮੰਮੀ ਨੇ ਲੈ ਕੇ ਆਉਂਦਾ ਕੀ ਪੈਣਾ ਆ, ਮੰਮੀ ਜਾ ਪਾਣੀ ਲੈ ਗਿਆ, ਮੰਮੀ 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 ਕੀ ਲਿਆ, ਮੰਮੀ ਮੰਮੀ ਉੱਠ ਆ ਪਾਣੀ ਪੀ, ਮੰਮੀ ਵੇ ਪਰੇ ਲਾ ਜਾ ਪਾਣੀ, ਹੇ ਮੈਨੂੰ ਮਰ ਲੈਂਦੇ, ਜੇ ਮੈਂ ਮਰਦੀ ਹਾਂ ਤਾਂ ਮੈਨੂੰ ਮਰਨ ਕਿਉਂ ਨਹੀਂ ਦਿੰਦਾ, ਮੈਂ ਤੇਰੇ ਤੋਂ ਪਹਿਲਾਂ ਮਰ ਜਾਂ ਤਾਂ ਚੰਗਾ ਵਾ, ਮੈਂ ਤੈਨੂੰ ਮਰਦੇ ਨੂੰ ਨਹੀਂ ਵੇਖ ਸਕਦੀ, ਮੈਂ ਤੈਨੂੰ ਉੱਦਣ ਕਿਹਾ ਸੀ ਨਾ ਤੂੰ ਜੰਮਦਾ ਹੀ ਮਰ ਜਾਂਦਾ ਇਹੋ ਜਿਹਾ ਕੰਮ ਕਰਨ ਖੁਣਾ, ਪਰ ਮੈਨੂੰ ਪੁੱਛ ਕੇ ਵੇਖ ਮੈਂ ਕਿੰਨਾ ਪੁੱਛਦਾ ਹੀ ਇੰਨੀ ਗੱਲ ਕਹਿ ਗਏ।
ਮੈਨੂੰ ਬੜਾ ਮੁੜ ਕੇ ਪਛਤਾਵਾ ਲੱਗਾ ਸੀ ਕਿ ਮਾਂ ਨੂੰ ਪੁੱਛ ਕੇ ਵੇਖ ਜਾ ਕਿ ਮਾਂ ਦਾ ਪੁੱਤ ਮਰਦਾ ਵਾ ਤੇ ਉਹ ਦੁਨੀਆਂ 'ਤੇ ਜਿੰਦੀ ਨਹੀਂ ਰਹਿ ਜਾਂਦੀ। ਮੰਮੀ ਮੈਨੂੰ ਮਾਫ ਕਰ ਦੇ ਮੰਮੀ, ਮੈਂ ਬੜੀ ਵੱਡੀ ਗਲਤੀ ਕੀਤੀ ਮੰਮੀ। ਮੇਰੀ ਆ ਟੀਕਿਆਂ ਨੇ ਜ਼ਿੰਦਗੀ ਖਰਾਬ ਕਰਤੀ ਮੰਮੀ, ਪਰ ਮੈਂ ਹੁਣ ਸਹੁੰ ਖਾਂਦਾ ਮੰਮੀ, ਮੈਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦਾ। ਵੇ ਬਸ ਕਰ, ਵੇ ਬਸ ਕਰ, ਵੇ ਤੂੰ ਕਿਤੇ ਇੱਕ ਸਹੁੰ ਖਾਧੀ ਆ, ਤੂੰ ਮੇਰੀਆਂ ਬੜੀਆਂ ਝੂਠੀਆਂ ਸਹੁੰਆਂ ਖਾਧੀਆਂ, ਪਰ ਤੂੰ ਨਹੀਂ ਆਪਣੀ ਆਦਤਾਂ ਤੋਂ ਹਟਿਆ। ਨਹੀਂ ਮੰਮੀ, ਮੈਨੂੰ ਪਤਾ ਮੈਂ ਸੋਹਾਂ ਖਾਧੀਆਂ ਝੂਠੀਆਂ ਮੰਮੀ, ਮੈਂ ਗਲਤ ਸੰਗਤ 'ਚ ਪੈ ਗਿਆ, ਮੇਰੇ ਕੋਲੋਂ ਨਹੀਂ ਮੁੜਿਆ ਗਿਆ, ਮੈਂ ਕੀ ਕਰਾਂ, ਮੈਂ ਕੋੜ ਗਲੋਂ ਲਾਉਣਾ ਚਾਹੁੰਦਾ ਆ ਪਰ ਲੱਥਦਾ ਹੀ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਮੈਂ ਕੋੜ ਕਿੱਦਾਂ ਗਲੋਂ ਲਾਵਾਂ। ਪਰ ਨਹੀਂ ਮੰਮੀ, ਹੁਣ ਨਹੀਂ, ਮੈਨੂੰ ਬਚਾ ਲਓ ਮੰਮੀ, ਮੈਂ ਤਾਂ ਆਪ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਆ। ਵਿੱਕੀ, ਮੈਨੂੰ ਸਾਰਾ ਹੀ ਪਤਾ ਵਾ ਤੂੰ ਝੂਠ ਬੋਲਦਾ ਆ, ਤੂੰ ਪਖੰਡ ਕਰਦਾ ਵਾ ਸਾਡੇ ਨਾਲ। ਨਹੀਂ ਮੰਮੀ, ਮੈਂ ਹੁਣ ਨਹੀਂ ਝੂਠ ਬੋਲਦਾ, ਪ੍ਰੀਤ ਸੱਚੀ ਮੈਨੂੰ ਤੇਰੀ ਸਹੁੰ ਲੱਗੇ, ਮੈਂ ਹੁਣ ਨਹੀਂ ਝੂਠ ਬੋਲਦਾ, ਮੈਂ ਅੱਜ ਤੋਂ ਬਾਅਦ ਕਦੀ ਨਹੀਂ ਨਸ਼ਾ ਕਰਦਾ। ਕੋਈ ਅਕਲ ਕਰ, ਉਹਦੇ ਵੱਲ ਹੀ ਵੇਖ ਲਾ, ਤੂੰ ਉਹਦੀ ਵੀ ਜ਼ਿੰਦਗੀ ਨਾਲ ਖਰਾਬ ਕਰ ਦਿੱਤੀ ਆ। ਮੈਨੂੰ ਤਾਂ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੁੰਦਾ, ਮੈਂ ਇਸ ਇਨਸਾਨ ਦੇ ਕਰਕੇ ਆਪਣੇ ਮਾਪਿਆਂ ਛੱਡੇ ਆ, ਜਿਨ੍ਹਾਂ ਨੂੰ ਮੈਂ ਕਮਾਉਂਦੀ ਬੁਲਾਉਂਦੀ ਨਹੀਂ, ਸਿਰਫ ਇਹਦੇ ਕਰਕੇ, ਤੇ ਇਹਨੇ ਵੀ ਮੇਰੇ ਨਾਲ ਏਡਾ ਵੱਡਾ ਧੋਖਾ ਕਰ ਦਿੱਤਾ। ਨਹੀਂ ਪ੍ਰੀਤ, ਅੱਜ ਤੋਂ ਬਾਅਦ ਨਹੀਂ, ਮੈਂ ਸੱਚੀ, ਮੇਰੇ ਤੇ ਯਕੀਨ ਕਰੋ, ਮੈਂ ਅੱਜ ਤੋਂ ਬਾਅਦ ਨਹੀਂ ਇਹ ਕੰਮ ਕਰਦਾ। ਵੇ ਪੁੱਤ, ਤੂੰ ਤੇ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਸਹਾਰਾ ਆ, ਤੇਰੇ ਤੋਂ ਬਗੈਰ ਮੇਰਾ ਕੌਣ ਆ, ਛੱਡ ਦੇ ਇਹਨਾਂ ਮਾੜਿਆਂ ਕੰਮਾਂ ਨੂੰ, ਆਪਣੀ ਜ਼ਿੰਦਗੀ ਸਵਾਰ ਲਾ ਤੇ ਮੇਰੀ ਵੀ ਜ਼ਿੰਦਗੀ ਬਚੀ ਰਹੂਗੀ। ਠੀਕ ਆ ਮਾਤਾ, ਵਾਦਾ ਕਰਦਾ ਅੱਜ ਤੋਂ ਬਾਅਦ ਨਹੀਂ ਮੈਂ ਨਸ਼ੇ ਨੂੰ ਹੱਥ ਲਾਉਂਦਾ। ਵਿੱਕੀ, ਝੂਠਾ ਵਾਦਾ ਨਾ ਕਰੀ, ਜੇ ਵਾਦਾ ਕਰਨਾ ਵਾ ਨਾ ਤੇ ਸੱਚਾ ਵਾਦਾ ਕਰੀ। ਨਹੀਂ ਮਾਤਾ, ਮੈਂ ਸੱਚਾ ਹੀ ਵਾਦਾ ਕਰਦਾ, ਪਰ ਛੱਡਿਆ ਹੌਲੀ ਹੌਲੀ ਜਾਣਾ, ਇੱਕੋ ਦਮ ਨਹੀਂ ਜੇ ਛੱਡਿਆ ਜਾਣਾ। ਵਿੱਕੀ, ਜੇ ਤੁਸੀਂ ਆਉਂਦੇ ਨਾ ਤੁਹਾਡਾ ਸਾਥ ਆਪਾਂ ਦੋਵੇਂ ਜਾਣੀਆਂ ਪੂਰਾ ਦੇਵਾਂਗੀਆਂ, ਬਸ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਆ ਜਾਓ। ਸੱਚੀ ਗੱਲ ਆ, ਮੰਮੀ ਨੇ ਕਹੀ ਕਿ ਤੁਸੀਂ ਜੇ ਸਿਰਫ ਸਾਡੇ ਲਈ, ਹੋਰ ਤਾਂ ਕੋਈ ਹੈ ਵੀ ਨਹੀਂ ਹੈ ਜਿਹੜਾ ਸਾਡੇ ਲਾਗੇ ਲੱਗੇ, ਜੇ ਤੁਸੀਂ ਇਹ ਕੰਮ ਕਰੋਗੇ ਤੇ ਆਪਾਂ ਕਿਹਦੇ ਮੂੰਹ ਵੱਲ ਵੇਖਣਾ ਵਾ, ਕਿਸਦੇ ਨੂੰ ਜਾਣਾ ਵਾ। ਠੀਕ ਆ ਪ੍ਰੀਤ, ਤੁਸੀਂ ਦੋਵੇਂ ਮੇਰਾ ਸਾਥ ਦਿਓ, ਮੈਂ ਹੌਲੀ ਹੌਲੀ ਆ ਕੋੜ ਆਪਣੇ ਕੋਲੋਂ ਲਾ ਦੂੰਗਾ। ਮਾਤਾ ਵਿੱਕੀ, ਸਾਡਾ ਦੋਵਾਂ ਦਾ ਸਾਥ ਤੇਰੇ ਨਾਲ ਆ, ਅੱਜ ਤੂੰ ਕਹੇ ਤੇ ਲਾਗੇ ਨਹੀਂ ਤੂੰ ਜਾਣਾ, ਠੀਕ ਹੈ ਨਾ? ਠੀਕ ਆ ਮੰਮੀ। ਸੋਚਾਂ 'ਚ ਕੀ ਪੈਣਾ ਆ, ਆ ਮੁੰਡੇ ਦਾ ਹੀ ਸੋਚਦੀ ਹਾਂ ਵੀ ਕਿਹੜਿਆਂ ਇਹ ਕੰਮਾਂ 'ਚ ਪਿਆ ਸੀ, ਅਤੇ ਜੇ ਹੁਣ ਡਿਆ ਵਾ ਹਟਣ ਤਾਂ ਵੀ ਤੜਫਦਾ ਨਹੀਂ ਵੇਖਿਆ ਜਾਂਦਾ ਮੇਰੇ ਕੋਲੋਂ। ਮੰਮੀ, ਉਹਨਾਂ ਦੀ ਕਹਿਣੀ ਸੀ ਬਾਥਰੂਮ 'ਚ ਲਾ ਕੇ ਰੱਖੀ ਵਿੱਕੀ ਨੇ। ਬਾਥਰੂਮ 'ਚ ਰੱਖੀ? ਹਾਂਜੀ। ਪ੍ਰੀਤ,
ਇਹ ਉਹ ਚੈਨ ਤਾਂ ਨਹੀਂ ਗਈ ਹੈਗੀ, ਉਹ ਤਾਂ ਚੈਨ ਬੜੀ ਭਾਰੀ ਸੀ ਅਤੇ ਨਾਲੇ ਇਹਦੇ ਪਿਓ ਦੀ ਚੈਨ ਹੀ ਸੀ ਉਹ। ਇਹ ਤਾਂ ਵੇਖਾਂ ਹੱਥ 'ਚ ਫੜ ਕੇ ਮੈਨੂੰ ਪਤਾ ਲੱਗ ਗਿਆ ਆ ਵੀ ਇਹ ਤਾਂ ਹੌਲੀ ਆ। ਪਰ ਮੰਮੀ ਤਿਆਰ ਕਿੰਨਾ ਟਾਈਮ ਹੋਇਆ ਵਿੱਕੀ ਨੂੰ ਆਪਣੇ ਗਲ 'ਚ ਪਾਈ ਨੂੰ? ਨਹੀਂ ਪ੍ਰੀਤ, ਮੈਨੂੰ ਸਾਰਾ ਹੀ ਪਤਾ ਆ। ਆਪਣੀ ਚੀਜ਼ ਜਿਹੜੀ ਹੈ ਨਾ ਦੂਰੋਂ ਪਛਾਣ ਲਈ ਦੀ ਆ। ਆਹ ਵੇਖ ਲਾ ਇਹਦਾ ਰੰਗ ਵੀ ਲੱਥਾ ਹੀ ਉਹ, ਆ ਤੂੰ ਵੇਖ ਹਾਂ ਧਿਆਨ ਨਾ, ਮੇਰੀ ਤਾਂ ਨਿਗਾਹ ਹੀ ਨਹੀਂ ਕੰਮ ਕਰਦੀ। ਮੰਮੀ ਰੰਗ ਤਾਂ ਲੱਥਾ ਪਾਈ ਦਾ। ਪ੍ਰੀਤ ਇਹਨੇ ਵੇਚ ਵੱਟ ਕੇ ਉਹ ਚੈਨ ਖਾ ਲਈ ਉਹ, ਆ ਡੁਪਲੀਕੇਟ ਚੈਨ ਉਹਨੇ ਇੱਥੇ ਰੱਖ ਦਿੱਤੀ ਉਹ। ਉਦਣ ਵੇਖ ਲਾ ਕਿੰਨੀਆਂ ਸੋਹਾਂ ਖਾ ਗਿਆ ਸੀ, ਪਰ ਹਟਿਆ ਅਜੇ ਵੀ ਨਹੀਂ ਲੱਗਦਾ ਆਪਣੀਆਂ ਆਦਤਾਂ ਤੋਂ। ਨਹੀਂ ਨਹੀਂ ਮੰਮੀ ਜੀ, ਮੈਂ ਤੁਹਾਨੂੰ ਦੱਸਣ ਦੀ ਹੈ ਨਾ ਕਿ ਆਹ ਵਾਲੀ ਚੈਨ ਉਹਨਾਂ ਨੂੰ ਪਾਇਆ ਨੂੰ ਕਿੰਨਾ ਹੀ ਟਾਈਮ ਹੋ ਗਿਆ ਗਲੇ ਦੇ ਵਿੱਚ, ਕਿਤੇ ਪਹਿਲਾਂ ਹੀ ਖਾ ਖੂ ਲਈ ਆ। ਪਰ ਮੰਮੀ ਹੁਣ ਨਾ ਵੇਖੋ ਵਿੱਕੀ ਦਾ ਕੋਈ ਗੱਲ ਕਰਿਓ, ਜੇ ਉਹ ਕਹਿਣ ਡੇ ਆ ਨਾ ਕਿ ਮੈਂ ਆਪਣਾ ਮਨ ਬਣਾਉਣ ਡਿਆ ਵਾਂ ਕਿ ਇਸ ਦਲਦਲ 'ਚੋਂ ਬਾਹਰ ਨਿਕਲ ਦੇ, ਅਤੇ ਮੰਮੀ ਥੋੜ੍ਹੇ ਬਹੁਤੇ ਘਾਟੇ ਵਾਧੇ ਹੁਣ ਸਾਨੂੰ ਸਹਿਣੇ ਹੀ ਪੈਣੇ ਆ। ਹੁਣ ਨਾ ਕੋਈ ਗੱਲ ਕਰਿਓ, ਨਹੀਂ ਤਾਂ ਫਿਰ ਨਾ ਇਹ ਹੋਵੇ ਕਿ ਫਿਰ ਉਸੇ ਕੰਮ ਦੇ ਵਿੱਚ ਹੀ ਪੈ ਜਾਣੇ ਕਿ ਜੇ ਮੈਨੂੰ ਡਾਕਦੀਆਂ ਜਾਂ ਮੈਨੂੰ ਪੁੱਛਦੀਆਂ ਵਾਂ ਫਿਰ ਲੜਾਈ ਕਰਨੀ ਆ ਇਹਨਾਂ ਨੇ। ਪ੍ਰੀਤ ਜੇ ਤੂੰ ਕਹਿੰਦੀ ਹੈ ਨਾ ਮੈਨੂੰ ਤਾਂ ਫਿਰ ਮੈਂ ਨਹੀਂ ਪੁੱਛਦੀ, ਨਹੀਂ ਤਾਂ ਮੇਰਾ ਜੀ ਕਰਨਾ ਮੈਂ ਹੁਣੇ ਜਾ ਕੇ ਇਹਨੂੰ ਪੁੱਛਾਂ ਵੀ ਮੈਨੂੰ ਉਹ ਹੀ ਚੈਨ ਲਿਆ ਕੇ ਦੇ। ਨਹੀਂ ਮੰਮੀ ਹੁਣ ਰੱਬ ਦਾ ਵਾਸਤਾ ਜੇ ਹੁਣ ਕੋਈ ਨਾ ਇਹਨਾਂ ਦੇ ਨਾਲ ਗੱਲ ਕਰਿਓ ਵੀ। ਹੁਣ ਹੈ ਕਿੱਥੇ ਆ? ਸੁੱਤੇ ਪਏ ਆ। ਚੱਲ ਠੀਕ ਆ ਫਿਰ। ਮੈਂ ਵੀ ਮੰਮੀ ਸਫਾਈ ਕਰਨਾ, ਧੁੱਪ ਵੀ ਬੜੀ ਚੜ ਗਈ ਆ, ਜਿੰਨਾ ਮਰਜ਼ੀ ਛੇਤੀ ਛੇਤੀ ਕੰਮ ਨੂੰ ਹੱਥ ਮਾਰੀਏ ਨਾ ਫਿਰ ਵੀ ਉੱਥੇ ਕਿਤੇ ਉੱਥੇ ਹੀ ਰਹਿੰਦਾ ਕੰਮ। ਚੱਲ ਜਾ ਕਰ ਲਾ ਫਿਰ ਕੰਮ। ਹਾਏ 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 ਮਰੀਏ ਮਾਨੀ। ਮੰਮੀ ਜੀ ਕੀ ਗੱਲ ਆ? ਹੁਣੇ ਤਾਂ ਮੈਂ ਦਵਾਈ ਦੇ ਕੇ ਗਈ ਤੁਹਾਨੂੰ, ਤੁਸੀਂ ਫੇਰ ਕਿੱਦਾਂ ਹਾਏ ਹਾਏ ਕਰਨ ਡਿਆ? ਜ਼ਿਆਦਾ ਨਹੀਂ ਠੀਕ? ਨਹੀਂ ਇੱਕਦਮ ਹੀ ਪਤਾ ਨਹੀਂ, ਮੇਰੇ ਪੀੜ ਬੜੀ ਪੇਟ 'ਚ ਹੋਣ ਡਿਆ ਵੀ ਢਿੱਡ 'ਚ। ਮੰਮੀ ਫਿਰ ਇੱਦਾਂ ਕਰੋ ਤੁਸੀਂ ਕਵਲ ਨੂੰ ਨਾਲ ਲੈ ਕੇ ਨਾ ਅਤੇ ਆਪਣੇ ਟੈਸਟ ਕਰਾ ਕੇ ਅਤੇ ਫਿਰ ਦਵਾਈ ਖਾਓ। ਇੱਦਾਂ ਤੁਸੀਂ ਘਰੇ ਹੀ ਪਏ ਦਵਾਈ ਖਾਈ ਜਾਂਦੇ ਆ, ਐਵੇਂ ਕੋਈ ਹੋਰ ਨੁਕਸ ਵਧੂਗਾ? ਦੇ ਆਪੇ ਆ ਜਾਣਾ ਰਮੈਣ ਇੱਥੇ, ਜਵੈਣ ਜੂਣ ਦੇ ਮੈਨੂੰ, ਉਹ ਮਸਾ ਖਾ ਲੈਂਦੀ ਹਾਂ। ਜਵੈਣ ਵੀ ਮੈਂ ਦੇ ਦਿੰਦੀ ਹਾਂ ਕੋਈ ਨਹੀਂ ਆ, ਅਤੇ ਮੈਂ ਕਵਲ ਨੂੰ ਕਹਿੰਦੀ ਹਾਂ ਕਿ ਮੰਮੀ ਨੂੰ ਲੈ ਕੇ ਜਾਓ ਅਤੇ ਦਵਾਈ ਲੈ ਕੇ ਆਓ, ਉੱਤੋਂ ਗਰਮੀ ਦੇ ਅੱਗੇ ਬੜੀ ਆ, ਡਰ ਜਿਹਾ ਲੱਗਾ ਰਹਿੰਦਾ ਵਾ। ਨਹੀਂ ਆ ਜਾਏਗਾ ਰਮਾਨ, ਨਾ ਕਰ ਆ ਜਾਣਾ, ਹੋ ਜਾਣਾ ਠੀਕ, ਮੈਂ ਨਾ ਠਾਲ ਮੁੰਡੇ ਨੂੰ। ਨਹੀਂ ਨਹੀਂ ਮੰਮੀ ਬੜਾ ਵੇਖ ਲਿਆ ਵਾ, ਹੁਣ ਨਹੀਂ ਮੈਂ ਸੁਣਨਾ ਤੁਹਾਡਾ ਕੋਈ ਬਹਾਨਾ। ਵਹਿੰਦੀ ਰਹਿੰਦੀ ਆ ਪਰ ਬੁਲੰਦੀ ਨਹੀਂ ਆ, ਦੱਸ ਕੀ ਆ?
ਜੇ ਇੱਕ ਕਦਮ ਤੂੰ ਵਧਾ ਲੈਂਗੀ ਤੇ ਚਾਰ ਕਦਮ ਮੈਂ ਵਧਾਉਂਗੀ। ਮੇਰੀ ਤੇ ਮਜਬੂਰੀ ਆ, ਮੈਂ ਤੇ ਤੇਰੇ ਘਰ ਜਾ ਨਹੀਂ ਸਕਦੀ, ਪਰ ਤੇਰੀ ਕਾਹਦੀ ਮਜਬੂਰੀ ਆ ਜੋ ਤੂੰ ਮੈਨੂੰ ਬੁਲਾਉਂਦੀ ਨਹੀਂ ਆ, ਮੇਰੇ ਘਰ ਨਹੀਂ ਆਉਂਦੀ। ਕਮ ਸੇ ਕਮ ਜੇ ਆਪਾਂ ਇੱਕ ਦੂਜੀ ਦੇ ਨਾਲ ਖੂਹਾਂ ਬੋਲਾਂਗੇ, ਚੱਲ ਇੱਕ ਦੂਜੀ ਦੇ ਨਾਲ ਮਿਲਾਂ ਵਰਤਾਂਗੇ ਤੇ ਸਹੀ। ਪੱਕੀ ਗੱਲ ਆ, ਵਿੱਚੋਂ ਵਿੱਚ ਤੇ ਚਾਹੁੰਦੀ ਆ ਕਿ ਮੇਰੇ ਨਾਲ ਮਿਲੇ ਵਰਤੇ, ਪਰ ਗੱਲ ਉਹੀ ਆ ਜਾਂਦੀ ਫਿਰ ਆਕੜ ਨਹੀਂ ਬਸ ਛੱਡਣੀ। ਆਪਾਂ ਸਮਝ ਨਹੀਂ ਲੱਗਦੀ ਕਿ ਮੈਂ ਤੇਰਾ ਮਾੜਾ ਕੀ ਕੀਤਾ ਜਿਹੜਾ ਤੂੰ ਮੇਰੇ 'ਤੇ ਇੰਨਾ ਗੁੱਸੇ ਰਹਿੰਦੀ ਆ। ਹੁਣ ਮੈਂ ਵੀ ਇਹਨੂੰ ਇੱਦਾਂ ਸਿੱਧਾ ਕਿੱਦਾਂ ਬੁਲਾ ਸਕਦੀ ਹਾਂ, ਮੈਨੂੰ ਵੀ ਸਾਰਾ ਕੁਝ ਵੇਖਣਾ ਪੈਂਦਾ ਵਾ। ਇੱਕ ਤਾਂ ਇੱਥੇ ਇਹਨਾਂ ਦਾ ਸ਼ਰੀਕ ਆ, ਦੂਜਾ ਉੱਤੋਂ ਮੈਂ ਵਿੱਕੀ ਨਾਲ ਮੰਗੀ ਰਹੀ ਹਾਂ, ਅਤੇ ਇੱਕ ਵਿੱਕੀ ਦਾ ਸੁਭਾਅ ਨਹੀਂ ਚੰਗਾ। ਮੈਂ ਵੀ ਮਜਬੂਰ ਹਾਂ ਜਿਹੜਾ ਇਹਨੂੰ ਬੁਲਾ ਨਹੀਂ ਸਕਦੀ ਆਪੇ, ਮੇਰੀ ਤਾਂ ਮਜਬੂਰੀ ਹੈ ਹੀ ਹੈ ਆ, ਪਰ ਇਹ ਜਾਣ ਬੁੱਝ ਕੇ ਮਜਬੂਰ ਹੋ ਕੇ ਬੈਠੀ ਹਾਂ। ਹਾਏ ਹਾਏ, ਫਰੀਦ ਕੀ ਇੱਥੇ ਕਰਨ ਡਈ ਆ? ਹਾਏ, ਫਰੀਦ ਕੀ ਹੋਇਆ ਨੀ? ਵੇ ਵਿੱਕੀ, ਵੇ ਵਿੱਕੀ, ਵੇ ਫਰੀਦ ਉੱਥੇ ਡਿੱਗੀ ਪਈ ਓ। ਕਿੱਥੇ? ਉੱਠ ਛੇਤੀ ਉੱਥੇ ਬਾਹਰ। ਕਿੱਦਾਂ? ਮੈਨੂੰ ਨੀ ਪਤਾ ਕਿੱਦਾਂ। ਪ੍ਰੀਤ, ਵੇ ਫੜ ਛੇਤੀ ਕੁੜੀ ਨੂੰ। ਕੀ ਹੋਇਆ ਪ੍ਰੀਤ? ਪ੍ਰੀਤ ਉੱਠ ਉੱਠ, ਕੀ ਗੱਲ ਹੋਈ ਆ? ਕੀ ਹੋਇਆ ਵਿੱਕੀ? ਹਾਂ ਛੇਤੀ ਕਰ, ਤੂੰ ਗੱਡੀ ਲੈ ਕੇ ਆ। ਉਹ ਗੱਡੀ ਵੀ ਕੱਢ ਲੈਂਦੇ ਪਹਿਲਾਂ, ਸਾਵੇਂ ਤੇ ਖੜੋ ਇਹਨੂੰ। ਇੱਧਰ ਕੀ ਲੈਣਾ ਸੀ? ਹੈਂ ਪ੍ਰੀਤ, ਕੀ ਕਰਨਾ ਸੀ ਇੱਧਰ? ਚੱਲ ਬਿਠਾ ਲੈ ਮੰਮੀ, ਮੈਂ ਲਿਆਉਂਦਾ ਪਾਣੀ। ਪ੍ਰੀਤ ਕੀ ਕਰਨ ਗਈ ਉੱਥੇ? ਹਾਲ ਪਾਣੀ ਪੀ ਵਿੱਕੀ, ਮੈਂ ਪਾਣੀ ਪਿਆਲ ਦੀ, ਤੂੰ ਗੱਡੀ ਕੱਢ। ਮੈਂ ਗੱਡੀ ਕੱਢਦਾ ਮੰਮੀ, ਛੇਤੀ ਪਾਣੀ ਪਿਆਲ ਤੂੰ। ਕੀ ਗੱਲ ਹੋਈ ਪ੍ਰੀਤ ਨੂੰ ਲਈ ਆਉਂਦੇ ਫੜ ਕੇ? ਕੁਛ ਨੀ ਭੈਣ ਜੀ, ਗਰਮੀ ਬੜੀ ਆ ਤੇ ਚੱਕਰ ਜਿਹਾ ਖਾ ਕੇ ਡਿੱਗ ਪਈ ਸੀ, ਤੇ ਅਸੀਂ ਕਿਹਾ ਇੱਥੇ ਵੀ ਚੈੱਕ ਚੁੱਕ ਕਰਾ ਲੈਂਦੇ, ਬੀਪੀ ਨਾ ਘੱਟ ਗਿਆ ਹੋਵੇ। ਤੇ ਤੁਸੀਂ ਕਿੱਧਰ ਆਏ? ਮੇਰੇ ਵੀ ਢਿੱਡ 'ਚ ਪੀੜ ਹੋਣ ਡਈ ਤੇ ਅਸੀਂ ਦਵਾਈ ਲੈਣੀ ਆਏ ਹਾਂ। ਠੀਕ, ਚਲੋ ਤੁਸੀਂ ਵਿਖਾ ਲਓ ਪਹਿਲਾਂ। ਵਿਖਾ ਲਓ, ਗਰਮੀ ਵੀ ਬੜੀ ਆ, ਘਰੇ ਵੀ ਕੀ ਬੰਦਾ। ਬਾਹਰ ਚੈੱਕ ਕਰ ਕੀਤਾ ਤੁਹਾਨੂੰ ਬੀਪੀ? ਆਂਟੀ ਜੀ, ਹੋਇਆ ਕੀ ਸੀਗਾ ਭਲਾ? ਕੁਛ ਨੀ ਹੋਇਆ, ਕੰਮ ਮਾੜਾ ਮੋਟਾ ਕਰਨ ਡਈ ਤੇ ਚੱਕਰ ਆਇਆ ਤੇ ਇਕਦਮ ਡਿੱਗ ਪਈ ਆ, ਤੇ ਅਸੀਂ ਡਰਦੇ ਲੈ ਕੇ ਆ ਗਏ ਆ। ਹਾਂਜੀ, ਨਹੀਂ ਨਹੀਂ ਕੋਈ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ, ਥੋੜਾ ਬੀਪੀ ਲੋ ਆ ਤੇ ਗਲੂਕੋਜ਼ ਲਵਾਉਣਾ ਪੈਣਾ, ਤੇ ਮੈਡਮ ਆਉਂਦੇ ਆ ਤੇ ਬਲੱਡ ਟੈਸਟ ਦਿੰਦੇ ਆ। ਚਲੋ ਠੀਕ ਆ, ਆ ਜਾ ਮੰਮੀ। ਅੱਛਾ ਬੈਠੋ ਤੁਸੀਂ, ਮੈਂ ਦਵਾਈ ਲਿਆਵਾਂ। ਠੀਕ ਆ। ਹਾਂਜੀ, ਮੰਮੀ ਆਵਾਜ਼ ਪਈ, ਮੈਂ ਆ ਗਿਆ ਕੱਲ ਸੁਣ ਕੇ ਡਾਕਟਰ ਸਾਹਿਬ ਦੇ, ਤੂੰ ਇੱਧਰ ਆ ਕੇ ਇੱਧਰ ਬਹਿ ਜਾ। ਚੱਲ ਠੀਕ ਹੈ, ਸੁਣ।
ਭੈਣ ਜੀ ਗਰਮੀ ਬੜੀ ਹੈ, ਮੈਂ ਗਰਮੀ ਵਾਲਾ ਕੰਮ ਹੈ ਠੰਡੇ ਠੰਡੇ ਕਰ ਲਿਆ ਕਰੋ। ਭੈਣ ਜੀ ਉਹ ਤਾਂ ਗੱਲ ਠੀਕ ਆ ਤੁਹਾਡੀ, ਗਰਮੀ ਵੀ ਬਥੇਰੀ ਆ, ਪਰ ਅੱਜ ਕੱਲ੍ਹ ਦੇ ਨਿਆਣੇ ਜਿਹੜੇ ਇਹਨਾਂ ਦੇ ਵਿੱਚ ਹੈ ਕੀ ਆ, ਜਾਨ ਤਾਂ ਕਿਤੇ ਹੈ ਨਹੀਂ ਗੀ, ਨਾ ਕਿਤੇ ਇਹਨਾਂ ਕੋਲ ਖਾਣਾ ਪੀਣਾ ਹੁੰਦਾ ਚੱਜਣਾ, ਤੇ ਬਾਕੀ ਇਹ ਆ ਵੀ ਜਿਹੜੇ ਮਾੜੇ ਮੋਟੇ ਰੁੱਖ ਸੀ ਉਹ ਵੀ ਵਢਾਈ ਜਾਂਦੇ ਆ, ਮੀਂਹ ਤਾਂ ਕਿਤੇ ਪੈਂਦਾ ਨਹੀਂ ਗਾ। ਹਾਂ ਇਹ ਤਾਂ ਗੱਲ ਹੈਗੀ ਹੈ। ਡਾਕਟਰ ਨੇ ਦਵਾਈਆਂ ਲਿਖ ਕੇ ਦਿੱਤੀਆਂ ਵਾ ਤੇ ਇਹ ਕਹਿੰਦਾ ਲੈ ਜਾਓ, ਤੇ ਬਾਕੀ ਕਹਿੰਦਾ ਕਿ ਰੈਸਟ ਕਰੋ ਹੈ ਥੋੜਾ ਜਿਹਾ। ਕੋਈ ਗੱਲ ਨੀ ਤੂੰ ਦਵਾਈਆਂ ਲੈ ਤੇ ਹੁਣ ਇਹਨੂੰ ਰੈਸਟ ਹੀ ਰਹਿਣ ਦੇਣਾ ਵਾ, ਹੁਣ ਇਹ ਜਿਹੜਾ ਮਾੜਾ ਮੋਟਾ ਕੰਮ ਕਰਦੀ ਮੈਂ ਉਹ ਵੀ ਨੀ ਇਹਨੂੰ ਕਰਨ ਦੇਣਾ। ਤੁਸੀਂ ਜਾਓ ਪ੍ਰੀਤ ਲਾਗੇ ਚਲ ਜਾਓ, ਜਦੋਂ ਗਲੂਕੋਜ਼ ਖਤਮ ਹੁੰਦਾ ਫਿਰ ਦੱਸ ਦਿਓ, ਆਪੇ ਲਾਜੂਗਾ ਆ ਕੇ, ਮੈਂ ਦਵਾਈਆਂ ਲੈ ਲਾਂ ਉਹਨਾਂ ਚਿਰ। ਚੱਲ ਠੀਕ ਆ ਲੈ ਤੂੰ ਜੀਤਾ। ਹਾਂਜੀ ਆਹ ਸੂਟ ਪਹਿਲਾਂ ਕੱਢਣਾ ਤਰਪਾਈ ਵਾਲਾ। ਹਾਂਜੀ ਆਹ ਕੱਢ ਦਿਓ, ਅੱਗੇ ਦੋ ਫੇਰੇ ਮਾਰ ਗਿਆ ਤੂੰ, ਆਂਦੇ ਸੂਟ ਚਾਹੀਦਾ ਸ਼ਾਮਾਂ ਤੱਕ ਤੇ ਮੈਂ ਤਰਪਾਈ ਰਹਿ ਗਈ ਇਕੱਲੀ। ਜਿਨ੍ਹਾਂ ਨੂੰ ਛੇਤੀ ਹੁੰਦੀ ਉਹਨਾਂ ਨੂੰ ਮਾੜਾ ਜਿਹਾ ਕਹਿ ਦਿਆ ਕਰੋ ਨਾ ਕਿ ਪਹਿਲਾਂ ਦੇ ਦਿਆ ਕਰਨ, ਫਿਰ ਪੈਰ ਤੇ ਨਹੀਂ ਨਾ ਨਿਕਲਦੇ। ਇਦਾਂ ਨਹੀਂ ਨਾ ਕਰਦੇ, ਬਸ ਪੈਰ ਤੇ ਹੀ ਆਉਂਦੇ ਆ ਕਿ ਸੂਟ ਚਾਹੀਦੇ ਆ। ਜੇ ਸਵਾਈ ਮੰਗ ਲਓ ਤੇ ਫਿਰ ਆਖਣਾ ਵਾ ਆਡ ਕੋ ਡਬਲ ਸਵਾਈ ਮੰਗਦੇ ਆ। ਆ ਗਏ ਮੰਮੀ ਜੀ? ਆ ਗਏ ਆ। ਲੈਣ ਦੀ ਦਵਾਈ? ਆਹ ਲੈਣ ਦੀ ਆ। ਕੀ ਦੱਸਿਆ ਡਾਕਟਰ ਨੇ? ਕੁਛ ਵੀ ਨਹੀਂ, ਉਤਰੇ ਆਂਦਾ ਹੀ ਵਾਧਾ ਘਾਟਾ ਖਾਣ ਪੀਣ ਦਾ ਹੋ ਗਿਆ। ਅੱਛਾ ਕੋਈ ਨਹੀਂ ਹੋ ਜਾਊਗਾ ਠੀਕ, ਦਿੱਤੀ ਦਵਾਈ ਉਹਨੇ। ਠੀਕ ਆ ਠੀਕ ਆ, ਚਲੋ ਸ਼ੱਕ ਨਿਕਲ ਗਿਆ ਹੈ। ਆਹ ਨਾਲੇ ਤੈਨੂੰ ਵਧਾਈ ਹੋਏ ਸੰਦੀਪ, ਮਾਸੀ ਬਣਨ ਵਾਲੀ ਤੂੰ। ਮਾਸੀ? ਆਹੋ ਮਾਸੀ, ਨਾਲੇ ਮਾਸੀ ਤੇ ਨਾਲੇ ਤਾਈ, ਅਸੀਂ ਗਏ ਹਾਂ ਨਾ ਦਵਾਈ ਲੈਣ ਤੇ ਉੱਥੇ ਪ੍ਰੀਤ ਤੇ ਇਹਦੀ ਸੱਸ ਵੀ ਗਈਆਂ ਹਨ ਤੇ ਉਹ ਡਾਕਟਰ ਨੇ ਇਹਨੂੰ ਵੇਖਿਆ, ਇਹ ਕਿਤੇ ਚੱਕਰ ਖਾ ਕੇ ਡਿੱਗ ਪਈ ਨਾ, ਇਹ ਲੈ ਕੇ ਗਈ ਸੀ ਉੱਥੇ ਡਾਕਟਰ ਦੇ। ਉਹਨੇ ਆਖਿਆ ਵੀ ਤੁਸੀਂ ਤਾਂ ਧਿਆਨ ਨਹੀਂ ਰੱਖ ਸਕਦੇ, ਤੁਹਾਡੇ ਘਰ ਤਾਂ ਖੁਸ਼ੀ ਆਉਣ ਵਾਲੀ ਹੈ। ਫਿਰ ਤਾਂ ਬੜੀ ਵਧੀਆ ਗੱਲ ਹੋਈ। ਮੈਨੂੰ ਤਾਂ ਬੜਾ ਹੀ ਚਾਅ ਚੜਿਆ, ਕਿਤੇ ਇੰਨਾ ਚਾਅ ਚੜਿਆ ਵੀ ਸ਼ੁਕਰ ਇੱਧਰ ਖੁਸ਼ੀ ਆਉਣ ਲੱਗੀ, ਕਿਤੇ ਮਹਾਰਾਜ ਮੈਨੂੰ ਵੀ ਖੁਸ਼ੀਆਂ ਦੇਗਾ, ਕੋਈ ਪੋਤਰੀ ਪੋਤਰਾ ਮੇਰੇ ਘਰ ਵੀ ਹੋਏਗਾ, ਕਿਤੇ ਮੈਂ ਵੀ ਖਡਾਵਾਂ ਕਰਾਂਗੀ। ਕਿੰਨਾ ਚਾਅ ਚੜਦਾ ਨਿੱਕਾ ਜਿਹਾ ਨਿਆਣਾ ਹੋਏ। ਆਹ ਤੇ ਚੱਲ ਉਹ ਵੀ ਤੇ ਆਪਣਾ ਹੀ ਆ ਨਿੱਕਾ ਜਿਹਾ, ਮੈਂ ਵੀ ਬਣਨ ਵਾਲੀ ਹੈ। ਚਲੋ ਇੱਧਰ ਚਾਹੇ ਉੱਧਰ ਨਿਗਾਹ ਜਿਹਾ ਨਿਆਣਾ ਤੇ ਹੋਏਗਾ ਨਾ ਖਡਾਉਣ ਵਾਸਤੇ, ਵੇਖਿਓ ਨਿਆਣੇ ਦੇ ਨਾਲ ਕਿੰਨਾ ਦਿਲ ਲੱਗਦਾ ਆ। ਸਾਡੇ ਹੁਣ ਘਰਾਂ ਦੇ ਵਿੱਚ ਆਪਾਂ ਹੈ ਹੀ ਸਾਰੇ ਸਿਆਣੇ ਸਿਆਣੇ, ਸਗੋਂ ਕੋਈ ਨਿਆਣਾ ਹੈ ਵੀ ਨਹੀਂ ਖਡਾਉਣ ਵਾਲਾ ਛੋਟਾ। ਬੱਚੇ ਕਰਕੇ ਸ਼ਾਇਦ ਉਹਨਾਂ ਦਾ ਵੀ ਸੁਭਾਅ ਜਿਹਾ ਬਦਲ ਹੀ ਜਾਏ ਥੋੜਾ, ਹਨਾ ਇਹ ਹੋ ਸਕਦਾ। ਮੰਮੀ ਚੱਲ ਇੱਥੋਂ ਦੀ ਕੰਨ ਤੋਂ ਉਧਰ ਉਧਰ ਹੀ ਲੈ ਕੇ ਲੰਘਣਗੇ, ਨਾ ਸਾਨੂੰ ਫੜਾਉਣਗੇ ਤਾਂ ਕੰਨ ਤੋਂ ਨਹੀਂ ਫੜਾਉਣਗੀਆਂ, ਕਿਉਂ ਨਹੀਂ, ਇਹ ਥੋੜੀ ਵੀ ਇੱਦਾਂ ਹੀ ਦਿਨ ਰਹਿਣੇ ਆ ਸਦਾ। ਨਾਲੇ ਮੰਮੀ ਮੈਂ ਤੁਹਾਨੂੰ ਇਹ ਪੁੱਛਣਾ ਸੀ, ਹਾਂਜੀ ਜੇ ਮੈਂ ਪ੍ਰੀਤ ਨੂੰ ਕਵਾਬ ਲਾ ਲਿਆ ਕਰਾਂ ਰਾਹ ਗਲੀਏ ਤੇ ਕੋਈ ਤੁਹਾਨੂੰ ਗੱਲ ਤੇ ਨਹੀਂ? ਨਹੀਂ ਪੁੱਤ ਗੱਲ ਕਾਹਦੀ, ਕਵਾਇਆ ਕਰ, ਤੇਰੀ ਫਿਰ ਵੀ ਭੈਣ ਲੱਗਦੀ ਹੈ। ਮੈਂ ਵਧਾਈ ਦੇ ਦੇਵਾਂ ਫਿਰ ਉਹਨੂੰ ਜੇ ਮੈਨੂੰ ਮਿਲੇਗੀ ਤੇ। ਦੇ ਲਈ ਪੁੱਤ, ਹਨਾ ਆਹੋ ਨਹੀਂ ਚਾਹੀਦੀ ਹੈ ਭਾਬੀ। ਆਹੋ ਨਹੀਂ ਕੋਈ ਗੱਲ ਨਹੀਂ, ਸਾਡੀ ਕਿਹੜੀ ਕੋਈ ਦੁਸ਼ਮਣੀ ਰਹੀ ਆ? ਨਾ ਨਾ ਸਾਡੀ ਕਿਹੜੀ ਦੁਸ਼ਮਣੀ ਹੈ, ਜੋ ਵੀ ਆ ਗੱਲਾਂ ਬਾਤਾਂ ਪਿੱਛੇ ਹੋਈਆਂ ਮੁੱਕ ਗਈਆਂ ਹਨਾ, ਨਾਲੇ ਖੁਸ਼ੀ ਦਾ ਏਡੀ ਕੋਈ ਖਾਸ ਸਾਡੀ ਮੂੰਹ ਮੂੰਹ ਤੇ ਕੋਈ ਗੱਲ ਨਹੀਂ ਹੋਈ, ਬਸ ਮਨੋ ਮਨੀ ਪਛਾਣ ਹੋ ਕੇ ਬਹਿ ਗਏ ਸੀ ਤੇ ਚੱਲ ਕੋਈ ਨਹੀਂ, ਗੁੱਸੇ ਗਿਲੇ ਜਿਹੜੇ ਆ ਉਹ ਵੱਡਿਆਂ ਦੇ ਸੀਗੇ ਤੇ ਗਾੜੀ ਇਹਨੇ ਕਿਹੜਾ ਕੋਈ ਮੇਰਾ ਉੱਥੇ ਮੈਨੂੰ ਡਾਂਗ ਮਾਰੀ ਸੀ ਜਾਂ ਮੈਂ ਇਹਨੂੰ ਕੁਛ ਕਿਹਾ ਸੀ? ਨਹੀਂ ਨਹੀਂ ਕੋਈ ਨਹੀਂ ਪੁੱਤ,
ਮਿਲੇਗੀ ਤੂੰ ਵਧਾਈ ਦੇਈ, ਕੂਇਆ ਬੋਲਿਆ ਕਰ, ਕੋਈ ਗੱਲ ਨਹੀਂ, ਤੈਨੂੰ ਕੜੀ ਅਸੀਂ ਟੱਕਿਆ। ਠੀਕ ਆ ਮੰਮੀ ਜੀ, ਕੋਈ ਨਹੀਂ, ਜੇ ਮੈਨੂੰ ਹੁਣ ਮਿਲੇ ਟੱਕਰੇਗੀ ਨਾ ਤਾਂ ਮੈਂ ਇਹਨੂੰ ਵਧਾਈ ਦੇ ਦਾਂਗੀ। ਦੇ ਰਹੀ, ਕੋਈ ਗੱਲ ਹੀ ਨਹੀਂ। ਠੀਕ ਆ। ਬਹੁਤ ਤੁਸੀਂ ਇੱਥੇ ਦੋਵੇਂ ਜਾਣੇ ਅਤੇ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦੀ ਹਾਂ। ਚੰਗਾ ਜ਼ਿਆਦਾ ਤਾਂ ਨਹੀਂ ਲੱਗੀ ਸੱਟ? ਨਹੀਂ ਜ਼ਿਆਦਾ ਤਾਂ ਨਹੀਂ, ਪਰ ਇਹ ਹੈ ਕਿ ਨੀਲ ਜਿਹਾ ਪੈ ਗਿਆ ਆ। ਸੱਚੀ ਮੰਮੀ ਨੇ ਜਦੋਂ ਮੈਨੂੰ ਆ ਕੇ ਦੱਸਿਆ ਮੇਰੇ ਤਾਂ ਜਾਨ ਹੀ ਨਿਕਲ ਗਈ, ਮੈਂ ਤਾਂ ਭੱਜਾ ਹੀ ਗਿਆ। ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਆ, ਚੱਲ ਇੰਨਾ ਵੀ ਸ਼ੁਕਰ ਆ ਕੋਈ ਸੱਟ ਪੇਟ ਨਹੀਂ ਲੱਗੀ ਹੈ। ਨਾਲੇ ਪ੍ਰੀਤ ਸੱਚੀ ਅੱਜ ਮੈਂ ਬੜਾ ਖੁਸ਼ ਹਾਂ, ਤੂੰ ਮੈਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਹੈ ਨਾ। ਲੈ ਫੜੋ ਪਾਣੀ ਪੀਓ। ਪੁੱਤ ਵੇਖ ਹੁਣ ਤੂੰ ਕਿੰਨਾ ਸੋਹਣਾ ਲੱਗਦਾ ਆ, ਤੂੰ ਬੈਠਾ ਵਾ ਨਾ ਅਤੇ ਪਤਾ ਲੱਗਣ ਡਿਆ ਆ, ਅਤੇ ਜਦੋਂ ਤੂੰ ਨਸ਼ਾ ਕਰਦਾ ਸੀ ਨਾ ਉਦੋਂ ਵੀ ਪਤਾ ਲੱਗਦਾ ਸੀ, ਪਰ ਹੁਣ ਤੂੰ ਕੋਈ ਸਤਾ ਨਾ ਦਈਂ, ਖੁਸ਼ ਹੀ ਰੱਖੀ ਹੁਣ। ਚੰਗਾ ਉਹ ਠੀਕ ਆ ਮੰਮੀ, ਨਾ ਬਾਰ ਬਾਰ ਉਹ ਗੱਲਾਂ ਕਰਿਆ ਕਰੋ, ਮੈਨੂੰ ਪਤਾ ਆ ਮੈਂ ਛੱਡਤਾ ਨਾ ਹੌਲੀ ਹੌਲੀ ਸਾਰਾ ਕੁਛ। ਪੁੱਤ ਉਹ ਨਹੀਂ ਗੱਲ ਹੁੰਦੀ, ਮੈਂ ਮਾਂ ਵਾ ਨਾ ਅਤੇ ਮੇਰਾ ਫਰਜ਼ ਆ ਤੈਨੂੰ ਸਮਝਾਉਣ ਦਾ। ਉਹ ਚੱਲ ਠੀਕ ਆ ਬਾਬਾ, ਮੈਨੂੰ ਪਤਾ ਆ ਨਾ ਐਵੇਂ ਉਹ ਗੱਲ ਛੇੜਿਆ ਕਰੋ ਬਾਰ ਬਾਰ। ਚੱਲ ਨਹੀਂ ਮੈਂ ਨਹੀਂ ਅੱਜ ਤੋਂ ਨਹੀਂ ਗੱਲ ਛੇੜਦੀ, ਠੀਕ ਹੈ ਨਾ, ਪਰ ਤੂੰ ਵਧੀਆ ਰਹਿਣਾ ਆ ਅਤੇ ਆਪਾਂ ਖੁਸ਼ ਰੱਖਣਾ ਆ ਪ੍ਰੀਤ ਨੂੰ। ਉਹ ਆਹੋ ਮੈਂ ਖੁਸ਼ ਹਾਂ, ਮੈਂ ਵਧੀਆ ਹੀ ਹਾਂ, ਟੈਨਸ਼ਨ ਨਾ ਲਓ ਤੁਸੀਂ ਇਹ ਗੱਲ ਦੀ। ਪ੍ਰੀਤ ਜਿੰਨਾ ਚਿਰ ਡਾਕਟਰ ਨੇ ਰੈਸਟ ਦੱਸੀ ਹੈ ਨਾ ਅਤੇ ਤੂੰ ਹੁਣ ਰੈਸਟ ਕਰਨੀ ਆ, ਅਤੇ ਇੱਕ ਗੱਲ ਹੋਰ, ਤੂੰ ਕਿਸੇ ਗੱਲ ਦੀ ਹੁਣ ਫਿਕਰ ਚਿੰਤਾ ਨਹੀਂ ਕਰਨੀ, ਅਤੇ ਜੇ ਕੋਈ ਕੰਮ ਕਰਨਾ ਵੀ ਹੈ ਨਾ ਮਾੜਾ ਮੋਟਾ ਤਾਂ ਠੰਡੇ ਠੰਡੇ ਕਰ ਲਿਆ ਕਰ, ਅਤੇ ਬਾਕੀ ਮੈਂ ਕੋਈ ਕੰਮ ਵਾਲੀ ਲੱਭ ਲੈਂਦੀ ਹਾਂ। ਆਹੋ ਕੰਮ ਵਾਲੀ ਲਾ ਲਓ, ਆਪੇ ਕੰਮ ਕੁੰਮ ਕਰ ਜਾ ਕਰੇ, ਗਰਮੀ ਆ ਨਾ ਜਿੰਨਾ ਚਿਰ ਪੈਣ ਦੀ, ਦੋ ਤਿੰਨ ਮਹੀਨੇ, ਦੋ ਤਿੰਨ ਮਹੀਨੇ ਕਢਾ ਦੇ, ਬਾਅਦ 'ਚ ਤਾਂ ਠੰਡਾ ਹੋ ਜਾਣਾ ਵਾ, ਬਾਅਦ 'ਚ ਤਾਂ ਮੈਨੂੰ ਪਤਾ ਤੁਸੀਂ ਵੀ ਕਰ ਲਿਆ ਕਰਨਾ। ਫਿਰ ਤਾਂ ਮੌਸਮ ਦਾ ਵੀ ਫਰਕ ਪੈ ਜਾਣਾ ਆ, ਫਿਰ ਤਾਂ ਕੋਈ ਗੱਲ ਨਹੀਂ ਗੀ, ਆਹ ਹੋਣੀ ਆ ਜ਼ਿਆਦਾ ਗਰਮੀ। ਆਹੋ ਚੱਲ ਜਾ ਉੱਠ ਕੇ ਤਾਂ ਆਰਾਮ ਕਰ ਤੂੰ। ਮੈਂ ਕੂਲਰ ਚਲਾ ਦਿੰਦਾ, ਨਾਲੇ ਪਾਣੀ ਪਾ ਦਾਂ ਕੂਲਰ 'ਚ ਬਾਹਰੋਂ। ਸ਼ੁਕਰ ਆ ਵਾਹਿਗੁਰੂ ਤੇਰਾ, ਕਿਤੇ ਸਾਡੇ ਘਰ ਦੀ ਵੀ ਸੁਣੀ ਆ। ਕਿਤੇ ਆਉਂਦੇ ਹੁੰਦੇ ਆ ਨਾ ਵੀ ਜਿੱਦਾਂ ਕਿਤੇ ਕੋਈ ਧੀ ਪੋਤੀ ਕਰਮਾ ਭਾਗ ਵਾਲਾ ਹੁੰਦਾ ਵਾ ਅਤੇ ਉਹਦੇ ਕਰਕੇ ਹੀ ਚੱਲੋ ਇਹ ਵੀ ਸੁਧਰ ਗਿਆ ਆ ਅਤੇ ਕਿਤੇ ਸਾਡੀ ਵੀ ਜਾਨ ਸੌਖੀ ਹੋਈ ਆ, ਫਿਰ ਹੀ ਖੁਸ਼ੀ ਚੰਗੀ ਲੱਗਦੀ ਹੈ ਜੇ ਸਾਰੇ ਜੀਅ ਘਰ ਦੇ ਵਿੱਚ ਚੰਗੇ ਹੋਣ 'ਤੇ।